ਕੇਂਦਰ ਸਰਕਾਰ ਨੇ ਤਰਨ ਤਾਰਨ ਨਾਲ ਸੰਬੰਧਿਤ ਜੋਧਪੁਰ ਨਜ਼ਰਬੰਦਾਂ ਨੂੰ ਵੰਡੇ ਚੈੱਕ। ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ 40 ਸਿੰਘਾਂ ਨੂੰ ਲੰਬੀ ਕਾਨੂੰਨੀ ਲੜਾਈ ਮਗਰੋਂ ਅਦਾਲਤ ਵੱਲੋਂ ਮੁਆਵਜ਼ਾ ਰਕਮ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਉੱਤੇ ਪੰਜਾਬ ਸਰਕਾਰ ਵੱਲੋਂ ਬੰਦੀ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੀਤੇ ਦਿਨੀਂ ਚੈੱਕ ਵੰਡੇ ਗਏ। ਉੱਥੇ ਹੀ ਤਰਨ ਤਾਰਨ ਨਾਲ ਸੰਬੰਧਿਤ 7 ਪੀੜਤਾਂ ਨੂੰ ਕੇਂਦਰ ਸਰਕਾਰ ਵੱਲੋਂ ਭੇਜੀ ਮੁਆਵਜ਼ਾ ਰਕਮ ਦੇ ਚੈੱਕ ਵੰਡੇ ਗਏ। ਅੱਜ ਤੋਂ ਤਕਰੀਬਨ 4-5 ਸਾਲ ਪਹਿਲੇ ਅੰਮ੍ਰਿਤਸਰ ਦੀ ਕੋਰਟ ਨੇ ਫੈਸਲਾ ਕੀਤਾ ਸੀ ਵੀ ਜਿਹੜੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ ਸਜ਼ਾ ਕੱਟੀ ਆ ਉਹਨਾਂ ਨੂੰ ਸੈਂਟਰ ਅਤੇ ਪੰਜਾਬ ਸਰਕਾਰ ਜਿਹੜਾ ਵਾ ਉਹਨਾਂ ਨੂੰ ਮਾਲੀ ਸਹਾਇਤਾ ਦੇਵੇ, ਔਰ ਸੈਂਟਰ ਸਰਕਾਰ ਨੇ ਉਹਦੇ ਖਿਲਾਫ਼ ਕੇਸ ਹਾਈ ਕੋਰਟ ਵਿੱਚ ਕੀਤਾ ਸੀ ਵੀ ਉਹ ਪੈਸੇ ਨਾ ਦਿੱਤੇ ਜਾਣ। ਪਰ ਜਦੋਂ ਸਾਡੀ ਸਰਕਾਰ ਬਣੀ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਬਣੇ ਨੇ, ਡੈਪੂਟੇਸ਼ਨ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਵੀ ਅਸੀਂ ਸਾਰੇ ਜਾ ਕੇ ਮਿਲੇ ਵੀ ਉਹਨਾਂ ਦੀ ਸਹਾਇਤਾ ਹੋਣੀ ਚਾਹੀਦੀ ਆ। ਅਤੇ ਸਭ ਤੋਂ ਪਹਿਲੇ ਜਿਹੜੇ ਪੰਜਾਬ ਦਾ ਸ਼ੇਅਰ ਸੀ, ਪੰਜਾਬ ਦੇ ਅਸੀਂ ਜਿਹੜੇ ਪੈਸੇ ਆਉਂਦੇ ਸੀ ਉਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਚੰਡੀਗੜ੍ਹ ਵਿੱਚ ਫੰਕਸ਼ਨ ਰੱਖ ਕੇ ਉਹਨਾਂ ਸਾਰਿਆਂ ਨੂੰ ਦਿੱਤੇ। ਔਰ ਜਿਹੜਾ ਸੈਂਟਰ ਦਾ ਸਰਕਾਰ ਸੀ, ਜਦੋਂ ਪੰਜਾਬ ਸਰਕਾਰ ਨੇ ਪੈਸੇ ਦਿੱਤੇ, ਸੈਂਟਰ ਸਰਕਾਰ ਨੂੰ ਆਪਣੇ ਆਪ ਹੀ ਜਿਹੜਾ ਹਾਈ ਕੋਰਟ 'ਚੋਂ ਕੇਸ ਵਾਪਸ ਲੈਣਾ ਪਿਆ। ਅਤੇ ਅੱਜ ਜਿਹੜੇ ਨੇ ਸਾਡੇ ਤਰਨ ਤਾਰਨ ਜ਼ਿਲ੍ਹੇ ਦੇ ਅਲੱਗ ਅਲੱਗ ਹਲਕਿਆਂ ਤੋਂ, ਚਾਹੇ ਖਡੂਰ ਸਾਹਿਬ ਤੋਂ, ਪੱਟੀ ਤੋਂ, ਖੇਮਕਰਨ ਤੋਂ, ਤਰਨ ਤਾਰਨ ਦੀ ਅਸੈਂਬਲੀ ਕੰਸਟੀਚੁਐਂਸੀ ਦੇ, ਉਹ ਮੇਰੇ ਵੀਰ ਜਿਨ੍ਹਾਂ ਨੇ ਕਿ ਆਪਣਾ ਬੜਾ ਕੀਮਤੀ ਜਿਹੜਾ ਸਮਾਂ ਸੀ ਜ਼ਿੰਦਗੀ ਦਾ ਉਹ ਜੇਲ੍ਹ 'ਚ ਗੁਜ਼ਾਰਨਾ ਪਿਆ, ਇਸ ਚੀਜ਼ ਦਾ ਸਾਨੂੰ ਦੁੱਖ ਵੀ ਆ। ਔਰ ਅੱਜ ਉਹਦੇ ਜਿਹੜੇ ਬਾਕੀ ਪੈਸੇ ਬਚਦੇ ਸੀ, ਰਕਮ ਬਚਦੀ ਸੀ ਕੋਈ 37 ਲੱਖ ਦੇ ਕਰੀਬ, ਉਸ ਤੋਂ ਉੱਪਰ ਆ, ਉਹ ਅੱਜ ਸਾਰਿਆਂ ਨੂੰ ਵੱਖਰੇ ਵੱਖਰੇ ਦਿੱਤੇ ਗਏ। ਦਰਬਾਰ ਸਾਹਿਬ ਵੀ ਗਿਆ ਸੀ, ਉੱਥੋਂ ਅਟੈਕ ਹੋ ਗਿਆ ਅਤੇ ਉੱਥੇ ਜੋਧਪੁਰ ਚਲੇ ਗਏ। ਜੋਧਪੁਰੋਂ ਆਣ ਕੇ ਜਦੋਂ ਰਿਹਾ ਕੇ ਆਏ ਆ, ਆਣ ਕੇ ਫਿਰ 92 'ਚ ਇਹਨਾਂ ਨੂੰ ਫਿਰ ਚੁੱਕ ਲਿਆ। ਬੱਚਾ ਛੋਟਾ ਜਿਹਾ 6 ਮਹੀਨਿਆਂ ਦਾ ਏ, ਅਤੇ ਫਿਰ ਉਹਨਾਂ ਨੂੰ ਲੈ ਕੇ ਕੋਈ ਪਤਾ ਨਹੀਂ ਲੱਗਾ ਨਾ, ਹਜ ਤੱਕ ਨਹੀਂ ਲੱਭੇ। ਉਸ ਤੋਂ ਬਾਅਦ ਮਾਜੀ ਦਾ ਕਿਸ ਤਰ੍ਹਾਂ ਤੁਸੀਂ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਇਆ? ਫਿਰ ਇਸ ਤਰ੍ਹਾਂ ਹੀ ਆ ਘਰ ਦੇ ਵਿੱਚ ਟਾਈਮ ਪਾਸ ਕਰਦੇ ਰਹੇ, ਸਵਾਈ ਕਰਕੇ ਬਸ ਜਿਹੜੇ ਕੱਪੜੇ ਸੀ ਗਏ। ਅੱਜ ਸਰਕਾਰ ਨੇ ਤੁਹਾਨੂੰ ਪੈਸੇ ਦਿੱਤੇ, ਮੁਆਵਜ਼ੇ ਦਿੱਤਾ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਤਾਂ ਜਿਸ ਤਰ੍ਹਾਂ ਜ਼ਖਮ ਦੇ ਮਲਮ ਲਾਉਣ ਵਾਲੀ ਗੱਲ ਹੈ, ਚਲੋ ਜੋ ਵੀ ਸਾਨੂੰ ਮਿਲਿਆ ਵਾ ਠੀਕ ਆ, ਪਰ ਬਹੁਤ ਤੰਗੀਆਂ ਕੱਟੀਆਂ ਸੀ।